ਚਾਚੀ ਘਰੇ ਹੀ ਆ। ਆਜਾ ਭਾਈ ਲੰਘਿਆ ਵੇ, ਕਿਹੜਾ ਤੂੰ? ਚਾਚੀ ਮੈਂ ਛਿੰਦਾ ਲੰਬੜਾ ਦਾ। ਅੱਛਾ ਅੱਛਾ, ਵੇ ਮੈਂ ਸਿਆਣਿਆ ਨਹੀਂ ਸੀ। ਆਜਾ ਆਜਾ ਬਹਿ ਜਾ ਪੁੱਤ, ਕੋਈ ਕੰਮ ਹੋਇਆ ਸੀ? ਨਾ ਨਾ ਚਾਚੀ, ਮੈਨੂੰ ਤਾਂ ਪਤਾ ਲੱਗਿਆ ਆਪਣਾ ਮੰਗੂ ਬਿਮਾਰ ਹੋ ਗਿਆ, ਮੈਂ ਤਾਂ ਉਹਦਾ ਪਤਾ ਲੈਣ ਆਇਆ ਸੀ। ਸੱਚ ਕਿਵੇਂ ਹੁਣ ਉਹ? ਲੈ ਮੰਗੂ ਦੀ ਸੁਣ ਲਾ ਭਾਈ, ਕੱਲ ਜਦੋਂ ਮੈਂ ਸਵੇਰੇ ਉੱਠੀ ਤੇ ਦੇਖਿਆ ਤੇ ਉਹ ਬੈਠਾ ਕੰਬੀ ਜਾਵੇ, ਤੇ ਮੈਂ ਚੁੱਲ੍ਹੇ 'ਚ ਅੱਗ ਬਾਲੀ। ਅੱਛਾ, ਤੇ ਮੈਂ ਜਦੋਂ ਅੱਗ ਬਾਲੀ ਤੇ ਮੈਂ ਕੋਲੇ ਗੋਹੇ 'ਚ ਪਾ ਕੇ ਧਰਤੇ ਚਾਰਕ, ਉਹਨੇ ਨਾਲ ਉਹਨੂੰ ਨਿੱਗ ਜਾ ਗਿਆ, ਕੁਛ ਆਰਾਮ ਆ ਗਿਆ। ਅੱਛਾ ਚਾਚੀ, ਫੇਰ? ਤੇ ਫੇਰ ਭਾਈ ਵੱਡਾ ਦਿਨ ਜਾ ਚੜ ਗਿਆ, ਤੇਰਾ ਚਾਚਾ ਪਿੰਡ ਵਾਲੇ ਡਾਕਟਰ ਨੂੰ ਸੱਦ ਲਿਆ। ਅੱਛਾ, ਤੇ ਉਹਨੇ ਆ ਕੇ ਦੇਖਿਆ ਦੁਖਿਆ, ਕਹਿੰਦਾ ਭਾਈ ਨਮੋਨੀਆ ਹੋ ਗਿਆ। ਲੈ ਤੇ ਹੋਰ ਭਾਈ ਪੈਸਿਆਂ ਨੂੰ ਥਾਂ ਹੋ ਗਿਆ। ਅੱਛਾ, ਉਹਨੇ ਦੇਖਿਆ ਤੇ 2-3 ਹਜ਼ਾਰ ਦੇ ਟੀਕੇ ਮੰਗਾਏ ਤੇ ਉਹ ਲਾਤੇ ਤੇ ਉਹਦੇ ਨਾਲ ਟਿਕ ਗਿਆ ਕੁਛ। ਤੇ ਫੇਰ ਉਹਨੂੰ ਸ਼ਹਿਰ ਲੈ ਜਾਣਾ ਸੀ ਚਾਚੀ? ਵੇ ਸ਼ਹਿਰ ਤੇਰਾ ਚਾਚਾ ਗਿਆ ਵਾ ਹੁਣ, ਪਹਿਲਾਂ ਪੱਠੇ ਲੈ ਕੇ ਆਇਆ, ਹੁਣ ਸਾਈਕਲ ਤੇ ਗਿਆ ਹੋਇਆ ਕੋਈ ਗੱਡੀ ਦਾ ਪ੍ਰਬੰਧ ਕਰਨ। ਅੱਛਾ, ਹੁਣ ਉਹ ਗੱਡੀ ਲੈ ਕੇ ਆਊ ਤੇ ਸ਼ਹਿਰ ਦੇਖਾਂਗੇ। ਤੇ ਹੁਣ ਕਿੱਥੇ ਆ ਮੰਗੂ ਫੇਰ? ਉਹ ਬੈਠਾ ਵੇ ਗਾਲਾਂ ਕਰੀ ਜਾਂਦਾ।